ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੇ ਕਿਸਾਨਾਂ ਵੱਲੋਂ ਲਗਾਤਾਰ ਹੀ ਸੰਘਰਸ਼ ਕੀਤਾ ਜਾ ਰਿਹਾ ਹੈ ਆਪਣੀਆਂ ਜਾਇਜ਼ ਹੱਕੀ ਮੰਗਾਂ ਨੂੰ ਲੈ ਕੇ। ਦਿੱਲੀ ਦੇ ਆਸ ਪਾਸ ਦੇ ਜਿਹੜੇ ਮੇਨ ਹਾਈਵੇ ਨੇ ਉਹਨਾਂ ਦੇ ਉੱਤੇ ਕਿਸਾਨ ਸਿਆਲਾਂ ਦੀਆਂ ਠੰਡੀਆਂ ਜਿਹੜੀਆਂ ਰਾਤਾਂ ਉਹ ਕੱਟਣ ਲਈ ਮਜਬੂਰ ਹੋਏ ਨੇ। ਵੱਡੀ ਗਿਣਤੀ ਦੇ ਵਿੱਚ ਜਿੱਥੇ ਭਾਰਤ ਦਾ ਕਿਸਾਨ ਹੈ ਉੱਥੇ ਪੰਜਾਬ ਦਾ ਕਿਸਾਨ ਵੀ ਜਿਹੜਾ ਹੈ ਉਹ ਆਪਣਾ ਫਰਜ਼ ਸਮਝਦਾ ਹਾਜ਼ਰੀ ਲਵਾ ਰਿਹਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਇਹਨਾਂ ਤਿੰਨ ਬਿੱਲਾਂ ਦੇ ਖਿਲਾਫ਼ ਰੋਹ ਜਿਹੜਾ ਹੈ ਉਹ ਵੱਧ ਰਿਹਾ। ਇਸੇ ਸੰਬੰਧ ਵਿੱਚ ਨਿਊਯਾਰਕ ਦੇ ਯੂਥ ਨੇ ਇਕੱਠੇ ਹੋ ਕੇ ਜਿਹਦੇ ਵਿੱਚ ਸਾਡੀਆਂ ਲੜਕੀਆਂ ਨੇ, ਭੈਣਾਂ ਨੇ, ਬੇਟੀਆਂ ਨੇ ਔਰ ਲੜਕੇ ਨੇ, ਸਾਡੇ ਭਰਾ ਨੇ, ਬੇਟੇ ਨੇ, ਉਹ ਸ਼ਾਮਿਲ ਹੋ ਕੇ 3 ਦਸੰਬਰ ਨੂੰ ਸ਼ਾਮ 3 ਵਜੇ ਤੋਂ ਲੈ ਕੇ 5 ਵਜੇ ਤੱਕ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਰੈਲੀ ਜਿਹੜਾ ਹੈ ਉਹ ਆਯੋਜਿਤ ਕਰ ਰਹੇ ਨੇ। ਮੈਂ ਨਿਊਯਾਰਕ ਦੇ ਸਾਰੇ ਹੀ ਯੂਥ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਵੱਧ ਚੜ੍ਹ ਕੇ ਇਹ ਰੈਲੀ ਦੇ ਵਿੱਚ ਜਿਹੜਾ ਹੈ ਉਹ ਸ਼ਮੂਲੀਅਤ ਕੀਤੀ ਜਾਵੇ। ਵੈਸੇ ਤਾਂ ਸਾਰੀਆਂ ਧਿਰਾਂ ਜਿਹੜੀਆਂ ਹੈ, ਸਾਰੇ ਵਰਗ ਜਿਹੜੇ ਹੈ ਇਹਦੇ ਵਿੱਚ ਸ਼ਾਮਿਲ ਹੋਣ, ਖਾਸ ਤੌਰ ਦੇ ਉੱਤੇ ਸਿੱਖ ਯੂਥ ਜਿਹੜਾ ਹੈ ਉਹ ਇਸ ਰੈਲੀ ਨੂੰ ਜਿਹੜਾ ਹੈ ਆਯੋਜਿਤ ਕਰ ਰਿਹਾ ਅਤੇ ਸਿੱਖ ਯੂਥ ਨੂੰ ਜਿਹੜਾ ਹੈ ਜਾਂ ਦੂਸਰੀਆਂ ਕਮਿਊਨਿਟੀਆਂ ਦੇ ਜਿਹੜੇ ਯੂਥ ਨੇ ਉਹਨਾਂ ਨੂੰ ਵੀ ਵੱਧ ਚੜ੍ਹ ਕੇ ਇਸ ਰੈਲੀ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ। ਔਰ ਮੈਨੂੰ ਇਹ ਵੀ ਖੁਸ਼ੀ ਹੈ ਕਿ ਗੁਰਦੁਆਰਾ ਸ਼ਹੀਦਾਂ ਦੇ ਮੁੱਖ ਸੇਵਾਦਾਰ ਭਾਈ ਭੁਪਿੰਦਰ ਸਿੰਘ ਸਹਿਯੋਗ ਦੇ ਰਹੇ ਨੇ, ਮੈਂ ਉਹਨਾਂ ਦਾ ਇਸ ਗੱਲੋਂ ਧੰਨਵਾਦ ਵੀ ਕਰਦਾ। ਅਤੇ ਮੈਂ ਇਹ ਵੀ ਖਾਸ ਤੌਰ ਦੇ ਉੱਤੇ ਸਿੱਖ ਯੂਥ ਨੂੰ ਅਪੀਲ ਕਰਦਾ ਕਿ ਗੁਰਦੁਆਰਾ ਪੋਲੀਟਿਕਸ ਜਿਹੜੀ ਹੈ ਸਾਨੂੰ ਇਹਦੇ ਵਿੱਚ ਉਲਝਾਉਣ ਦੇ ਯਤਨ ਜਿਹੜੇ ਹੈ ਉਹ ਲੰਬੇ ਸਮੇਂ ਤੋਂ ਹੋ ਰਹੇ ਆ ਔਰ ਅਸੀਂ ਉਲਝੇ ਹੋਏ ਹਾਂ ਗੁਰਦੁਆਰਾ ਪੋਲੀਟਿਕਸ ਦੇ ਵਿੱਚ। ਅੱਜ ਜ਼ਰੂਰਤ ਹੈ ਕਿ ਅਸੀਂ ਗੁਰਦੁਆਰਾ ਪੋਲੀਟਿਕਸ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੇ ਆਪਣੇ ਮੁਲਕਾਂ ਦੇ ਵਿੱਚ ਜਿਹੜੀ ਉੱਥੋਂ ਦੀ ਰਾਜਨੀਤੀ ਹੈ ਉਹਦੇ ਵਿੱਚ ਵੀ ਅਸੀਂ ਜਿਹੜਾ ਹੈ ਉਹ ਸ਼ਾਮਿਲ ਹੋ ਕੇ ਜਿਹੜਾ ਹੈ ਆਪਣੀ ਕੌਮ ਲਈ, ਆਪਣੇ ਆਪਣੇ ਮੁਲਕ ਲਈ ਜਿਹੜਾ ਹੈ ਲੜੀਏ ਅਤੇ ਜਿਹੜੇ ਕਿਰਤੀਆਂ ਦੇ ਹੱਕਾਂ ਲਈ ਆਵਾਜ਼ ਜਿਹੜੇ ਹੈ, ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਜਿਹੜੀ ਹੈ ਅਸੀਂ ਉਹਨਾਂ ਮੰਚਾਂ ਤੋਂ ਬੁਲੰਦ ਕਰਦੇ ਰਹੀਏ। ਇਸ ਕਰਕੇ ਸਾਨੂੰ ਵਿਦੇਸ਼ਾਂ ਦੇ ਵਿੱਚ ਜਿਹੜਾ ਹੈ ਉੱਥੋਂ ਦੀ ਜਿਹੜੀ ਰਾਜਨੀਤੀ ਹੈ ਉਹਦੇ ਵਿੱਚ ਦਿਲਚਸਪੀ ਲੈਣ ਦੀ ਵਧੇਰੇ ਲੋੜ ਹੈ, ਖਾਸ ਤੌਰ 'ਤੇ ਸਾਡੇ ਸਿੱਖ ਯੂਥ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।